ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੌਲੀ ਜਿਹੀ ਹੌਂਕਾ ਭਰਿਆ ਅਤੇ ਨਿਕਲ ਗਿਆ ਕੰਮ 'ਤੇ। ਉਹ ਮਰਦ ਸੀ ਨਾ, ਉਸਨੂੰ ਰੋਣ ਦੀ ਇਜਾਜ਼ਤ ਨਹੀਂ ਸੀ। ਸ਼ੁਰੂ ਤੋਂ ਸਾਡੇ ਦਿਮਾਗ 'ਚ ਇਹ ਸੈੱਟ ਹੈ ਕਿ ਪੁਰਸ਼ ਬੜੇ ਮਜ਼ਬੂਤ ਹੁੰਦੇ ਨੇ, ਕਠੋਰ ਦਿਲ ਹੁੰਦੇ ਨੇ, ਉਹਨਾਂ 'ਚ ਕੋਈ ਭਾਵਨਾ ਨਹੀਂ ਹੁੰਦੀ। ਅਸੀਂ ਸਾਰੀ ਭੜਾਸ ਉਹਨਾਂ 'ਤੇ ਕੱਢਦੇ ਹਾਂ, ਖਰੀ ਖੋਟੀ ਸੁਣਾਉਂਦੇ ਹਾਂ। ਪਰ ਇੱਕ ਗੱਲ ਕਹਾਂ, ਉਹਨਾਂ ਕੋਲ ਵੀ ਦਿਲ ਹੁੰਦਾ ਆ, ਉਹਨਾਂ ਨੂੰ ਵੀ ਤਕਲੀਫ ਹੁੰਦੀ ਆ, ਉਹਨਾਂ ਦੇ ਦਿਲ ਵਿੱਚ ਵੀ ਭਾਵਨਾ ਹੁੰਦੀ ਆ, ਅਤੇ ਉਹ ਵੀ ਰੋਂਦੇ ਨੇ। ਆਪਣੇ ਪਰਿਵਾਰ ਲਈ ਉਹ ਮਿਹਨਤ ਕਰਦੇ ਨੇ। ਔਰਤ ਅੱਜ ਵੀ ਚਿੰਤਾ ਕਰਦੀ ਹੈ, ਮਰਦ ਭਵਿੱਖ ਸਵਾਰਨ ਦੀ ਸੋਚਦੇ ਨੇ। ਅੱਜ ਖਾਣਾ ਕੀ ਬਣਾਉਣਾ ਹੈ ਇਹ ਔਰਤ ਸੋਚਦੀ ਹੈ, ਭਵਿੱਖ 'ਚ ਥਾਲੀ ਕਿੱਦਾਂ ਭਰੀ ਰਹੇਗੀ ਇਹ ਮਰਦ ਸੋਚਦੇ ਨੇ। ਔਰਤ ਆਪਣੇ ਬੱਚਿਆਂ ਨੂੰ ਅੱਜ ਪੜ੍ਹਾਉਣ ਦੀ ਸੋਚਦੀ ਹੈ, ਪਰ ਮਰਦ ਉਹਨਾਂ ਦੀ ਹਾਇਰ ਸਟੱਡੀ ਦੀ ਚਿੰਤਾ ਕਰਦੇ ਨੇ। ਆਪਣੇ ਪਤੀ ਦਾ ਆਸਰਾ ਬਣੋ, ਹਮੇਸ਼ਾ ਆਪਣੇ ਜੀਵਨ ਸਾਥੀ ਦਾ ਭਰੋਸਾ ਬਣੋ, ਹਮੇਸ਼ਾ ਉਹਨਾਂ 'ਤੇ ਵਿਸ਼ਵਾਸ ਕਰੋ। ਮੰਨਿਆ ਕਿ ਜੀਵਨ 'ਚ ਬਹੁਤ ਤਕਲੀਫਾਂ ਆਉਂਦੀਆਂ ਨੇ, ਬਹੁਤ ਸੰਘਰਸ਼ ਹੈ, ਪਰ ਇੱਕ ਵਾਅਦਾ ਕਰੀਏ ਕਿ ਤੁਸੀਂ ਆਪਣੇ ਪਤੀ ਦੀ ਪਰੇਸ਼ਾਨੀ ਦਾ ਕਾਰਨ ਕਦੇ ਨਹੀਂ ਬਣੋਗੇ। ਹਰ ਮੋੜ 'ਤੇ ਉਹਨਾਂ ਦਾ ਸਹਾਰਾ ਬਣੋਗੇ, ਹਰ ਮੋੜ 'ਤੇ ਉਹਨਾਂ ਦਾ ਸਾਥ ਨਿਭਾਓਗੇ। ਪਤੀ ਦੀ ਕਮਜ਼ੋਰੀ ਨਹੀਂ, ਉਹਨਾਂ ਦੀ ਤਾਕਤ ਬਣੋਗੇ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ। ਤੁਸੀਂ ਸਾਨੂੰ ਇੰਸਟਾਗ੍ਰਾਮ ਐਂਡ ਫੇਸਬੁੱਕ 'ਤੇ ਵੀ ਫੋਲੋ ਐਂਡ ਲਾਈਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।